7 ਸਤੰਬਰ ਨੂੰ ਦਿਨ ਦਿਹਾੜੇ ਇੱਕ ਪਿੰਡ ਦੇ ਵਿੱਚ ਬਣੇ CSC ਸੈਂਟਰ ਦੇ ਵਿੱਚ 5 ਨਕਾਬਪੋਸ਼ ਨੌਜਵਾਨ ਆਏ, ਜਿਨ੍ਹਾਂ ਨੇ ਹਥਿਆਰਾਂ ਦੀ ਨੋਕ ਤੇ ਤਕਰੀਬਨ 1.5 ਲੱਖ ਦੀ ਨਕਦੀ, 5 ਮੋਬਾਈਲ ਫੋਨ ਤੇ 1 ਲੈਪਟਾਪ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਆਰੋਪੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਤੇ ਇਸ ਗਿਰੋਹ ਦੇ 2 ਮੈਂਬਰ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ। ਉਥੇ ਹੀ ਇਨ੍ਹਾਂ ਨੌਜਵਾਨਾਂ ਵੱਲੋਂ ਕਈ ਹੋਰ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ DSP ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਖੈਰਾ ਕਲਾਂ ਦੇ ਵਿੱਚ 7 ਸਤੰਬਰ ਨੂੰ ਇਸ ਘਟਨਾ ਨੂੰ ਇਨ੍ਹਾਂ ਨੌਜਵਾਨਾਂ ਨੇ ਅੰਜਾਮ ਦਿੱਤਾ ਸੀ ਤੇ ਇਸ ਤੋਂ ਬਾਅਦ ਇਹ ਫਰਾਰ ਹੋ ਗਏ ਸੀ ਤੇ ਇਸ ਦੀ CCTV ਵੀਡੀਓ ਸਾਹਮਣੇ ਆਈ ਸੀ ਤੇ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਤਫਤੀਸ਼ ਕਰਕੇ ਇਨ੍ਹਾਂ ਦੇ ਵਿੱਚੋਂ 3 ਨੂੰ ਕਾਬੂ ਕਰ ਲਿਆ। 30 ਤਰੀਕ ਨੂੰ 30 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੇਮ ਸਿੰਘ ਨਾਂ ਦਾ ਵਿਅਕਤੀ ਸੀਗਾ, ਉਹਦੇ ਕੋਲੋਂ ਉਹਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਫੋਨ ਖੋਹ ਕੇ ਲੈ ਗਏ ਸੀਗੇ। ਉਹਦੀ ਅਸੀਂ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ। ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਇਹ ਜਿਹੜੇ 4 ਬੰਦਿਆਂ ਨੇ ਖੋਹ ਕੀਤੀ ਸੀ, ਜਿਹਦੇ ਵਿੱਚੋਂ ਕਿ ਅਸੀਂ 4ਾਂ ਦੇ ਵਿੱਚੋਂ 2 ਬੰਦੇ ਜਿਹੜੇ, ਇੱਕ ਮਨਪ੍ਰੀਤ ਮੰਨੂ ਸਾਨੂੰ ਬਲਵਿੰਦਰ ਸਿੰਘ ਵਾਸੀ ਜਾਂਗਲਾ ਅਤੇ ਇੱਕ ਜਸਪ੍ਰੀਤ ਰੈਜੀਡੈਂਸ ਆਫ ਬੋੜੇਵਾਲ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਥੇ ਖੋਹ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ। ਇਸ ਤੋਂ ਇਲਾਵਾ ਇਸੇ ਗਰੋਹ ਨੇ ਇੱਕ ਜਿਹੜਾ ਜੱਜਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ, 5 ਤਰੀਕ ਨੂੰ 5/9 ਨੂੰ ਜਿਹੜਾ ਹੈ ਇੱਕ ਲੇਡੀਜ਼ ਸੀਗੀ ਉੱਥੇ, ਉਹਦੇ ਕੋਲੋਂ ਇੱਕ ਮੋਪਿਡ ਜਿਹੜੀ ਇਹਨਾਂ ਨੇ ਖੋਈ, ਉਹ ਮੋਪਿਡ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਪਿਡ ਵੀ ਇਹਨਾਂ ਕੋਲੋਂ। ਇਸੇ ਦੌਰਾਨ ਹੀ 7 ਤਰੀਕ ਨੂੰ ਇੱਕ ਕਲੇਰ ਕਲਾਂ ਪਿੰਡ ਦੇ ਵਿੱਚ 5 ਬੰਦਿਆਂ ਨੇ ਇੱਕ ਬੜਾ ਸਨਸਨੀ ਕੇਸ ਜਿਹੜਾ ਕ੍ਰਾਈਮ ਕੀਤਾ, ਜਿਹੜਾ ਉਹਨੇ ਆਰਮਡ ਹੋ ਕੇ ਅਤੇ ਇੱਕ ਦੁਕਾਨ 'ਤੇ ਡਾਕਾ ਮਾਰਿਆ, ਉਹਦੇ 'ਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ, 5 ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ 'ਤੇ ਕਸਟਮਰ ਬੈਠੇ ਸੀ ਉਹ ਅਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਦੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋਹ ਕੇ ਲੈ ਗਏ। ਇਹ ਸਾਰੀ ਜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ 'ਚ ਅਸੀਂ 2 ਬੰਦੇ ਜਿਹੜੇ ਪਹਿਲੇ ਜਿਹੜੇ ਫੜਲੇ, ਜਸਪ੍ਰੀਤ ਸਿੰਘ ਬੋੜਾ ਅਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜਾਂਗਲੇ ਦਾ ਰਹਿਣ ਵਾਲਾ ਹੈ, ਇਹ 'ਚ ਮਨਪ੍ਰੀਤ ਮੰਨੂ ਜਿਹੜਾ ਵਾ ਇੱਥੇ ਆਲਰੇਡੀ ਪਹਿਲੇ ਵੀ 4-5 ਪਰਚੇ 'ਤੇ ਆਲਰੇਡੀ ਪੁਰਾਣੇ ਜਿਹੜੇ ਦਰਜ ਹੈ। ਪਰ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਗੱਲ ਸਾਹਮਣੇ ਆਈ ਵੀ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਭਰਾ ਅਤੇ ਇੱਕ ਇਹਦਾ ਜਿਹੜਾ ਸਾਲਾ ਹੈ, ਇਹ ਜਿਹੜੇ 3 ਬੰਦੇ ਤਾਂ ਇੱਥੋਂ ਸੀਗੇ, ਇਹ ਸੀਗੇ 2 ਬੰਦੇ ਇਹਨਾਂ ਨੇ ਜਿਹੜੇ ਹੈ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਔਰ ਇਹਨਾਂ 5 ਜਣਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਨ ਵਾਲੀ ਜਿਹੜਾ ਡਾਕੇ ਨੂੰ ਅੰਜਾਮ ਦਿੱਤਾ। ਇਸੇ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਅਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ, ਪ੍ਰਿੰਸ ਸਾਨੂੰ ਪ੍ਰਗਟ ਸਿੰਘ ਹੈ, ਇਹ ਅਸੀਂ ਜਿਹੜੇ ਗ੍ਰਿਫਤਾਰ ਕਰ ਲਏ ਹੈ ਅਤੇ ਇਹ ਜਿਹੜੇ ਬਾਕੀ ਜਿਹੜੇ 3 ਰਹਿੰਦੇ ਆ ਉਹ ਵੀ ਅਸੀਂ ਜਲਦੀ ਜਿਹੜੇ ਅਰੈਸਟ ਕਰ ਲਾਂਗੇ। ਹੁਣ ਤੱਕ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ, ਇੱਕ ਜਿਹੜੀ ਹੈ ਮੋਪਿਡ, 2 ਜਿਹੜੇ ਮੋਬਾਈਲ ਫੋਨ, ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾਂ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ। ਜਗਬਾਣੀ TV ਲਈ ਗੁਰਦਾਸਪੁਰ ਤੋਂ ਗੁਰਪ੍ਰਤਾਪ ਸਿੰਘ ਦੀ ਰਿਪੋਰਟ।